ਸਾਲ ਖੈਰਾ ਅਕਸਰ ਹੀ ਆਮ ਆਦਮੀ ਪਾਰਟੀ ਖਿਲਾਫ ਬਿਆਨਬਾਜ਼ੀ ਕਰਦੇ ਰਹਿੰਦੇ ਨੇ ਫਿਰ ਭਾਵੇਂ ਉਹ ਭਗਵੰਤ ਮਾਨ ਹੋਵੇ ਜਾਂ ਫਿਰ ਕੇਜਰੀਵਾਲ ਖੈਰਾ ਦੇ ਨਿਸ਼ਾਨੇ ਤੇ ਕੋਈ ਨਾ ਕੋਈ ਆਪ ਆਗੂ ਹਮੇਸ਼ਾ ਹੀ ਰਹਿੰਦਾ ਹੈ ਤੇ ਖੈਰਾ ਨੂੰ ਵੀ ਆਪ ਵੱਲੋਂ ਸਮੇਂ ਸਮੇਂ ਤੇ ਇਸ ਦਾ ਜਵਾਬ ਮਿਲਦਾ ਰਹਿੰਦਾ ਹੈ ਪਰ ਹੁਣ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਵੱਲੋਂ ਖੈਰਾ ਤੇ ਵੱਡਾ ਵਾਰ ਕੀਤਾ ਗਿਆ ਪ੍ਰੋਫੈਸਰ ਸਾਧੂ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਖੈਰਾ ਆਪ ਸੁਪਰੀਮੋ ਦੀ ਖੁਸ਼ਾਮਦ ਕਰਕੇ ਹੀ ਆਪ ਵਿੱਚ ਸ਼ਾਮਿਲ ਹੋਇਆ ਸੀ ਖੈਰਾ ਜਿਹੜਾ ਹੈ ਉਹ ਇੱਕ ਪਾਰਟੀ ਨਹੀਂ ਖੈਰਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਵਿੱਚ ਆਇਆ ਸੀ ਆਮ ਆਦਮੀ ਪਾਰਟੀ ਦੀਆਂ ਮਿੰਨਤਾਂ ਕਰਕੇ ਉਹਨੇ ਪਾਰਟੀ ਜੁਆਇਨ ਕੀਤੀ ਸੀ ਆਮ ਆਦਮੀ ਪਾਰਟੀ ਦੀਆਂ ਮਿੰਨਤਾਂ ਕਰਕੇ ਉਹ NOP ਬਣਿਆ ਸੀ ਤੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਸੁਪਰੀਮੋ ਦੀ ਉਹ ਖੁਸ਼ਾਮਦ ਕਰਕੇ ਇਸ ਪਾਰਟੀ ਵਿੱਚ ਆਇਆ ਸੀ ਪਰ ਉਹਦੀ ਇਹਦੇ ਨਾਲ ਤਸੱਲੀ ਨਹੀਂ ਹੋਈ ਕਿਉਂਕਿ ਉਹ ਇੱਕ ਉਹਦੀ ਬੈਕਗ੍ਰਾਉਂਡ ਦੱਸਦੀ ਹੈ ਕਿ ਇੱਕ ਅਜਿਹੀ ਪਾਰਟੀ ਵਿੱਚੋਂ ਅਜਿਹੇ ਪਿਛੋਕੜ ਵਿੱਚੋਂ ਆਇਆ ਸੀ ਉਸਦੇ ਜਿਹੜੇ ਪਿੱਤਰ ਸਨ ਉਹ ਵੀ ਜਿਹੜੀਆਂ ਪਾਰਟੀਆਂ ਵਿੱਚੋਂ ਆਏ ਸਨ ਜਿਹੜੀਆਂ ਪਾਰਟੀਆਂ ਨੇ ਪੂਰੀ ਤਰ੍ਹਾਂ ਆਪਣੇ ਲੋਕਾਂ ਦੇ ਨਾਲ ਇਨਸਾਫ ਨਹੀਂ ਕੀਤਾ ਤੇ ਖੈਰਾ ਸਿਰਫ ਇੱਕੋ ਇੱਕ ਇਕੱਲਾ ਬੰਦਾ ਹੈ ਜਿਹੜਾ ਸਿੰਗਲ ਮੈਨ ਪਾਰਟੀ ਹੈ ਤੇ ਉਹ ਕੋਈ ਆਪਦੇ ਥੱਲੇ ਵਾਲੇ ਵਰਕਰ ਨੇ ਜਿਹੜੇ ਉਹਨਾਂ ਨੂੰ ਕੋਈ ਲੋੜੀ ਦੀ ਉਹਨਾਂ ਦਾ ਜਿਹੜਾ ਅਧਿਕਾਰ ਹੈ ਉਹ ਦੇਣ ਨੂੰ ਤਿਆਰ ਨਹੀਂ ਉਹ ਇੱਕੋ ਇੱਕ ਵਨ ਮੈਨ ਪਾਰਟੀ ਹੈ ਹੁਣ ਵੀ ਜੋ ਉਹਨੇ ਇੱਕ PDA ਬਣਾਈ ਹੈ ਇੱਕ ਅਲਾਇੰਸ ਬਣਾਇਆ ਹੈ ਉਹਦੇ 'ਚ ਕੋਈ ਵੀ ਐਸੀਆਂ ਪਾਰਟੀਆਂ ਨਹੀਂ ਕਿ ਜਿਹੜੀਆਂ ਪਾਰਟੀਆਂ ਲੋਕਾਂ ਦੇ ਵਿੱਚ ਆਧਾਰ ਰੱਖਦੀਆਂ ਇੱਕ ਇੱਕ ਬੰਦਾ ਉਸਨੇ ਲੈ ਕੇ ਕੋਸ਼ਿਸ਼ ਕੀਤੀ ਹੈ ਤੇ ਸਾਨੂੰ ਜੋ ਕੁਛ ਇਹਦੀ ਫੀਡਬੈਕ ਮਿਲ ਰਹੀ ਹੈ ਉਹ ਇਹ ਹੈ ਕਿ ਹਿੰਦੁਸਤਾਨ ਦੇ ਜਿੰਨੇ ਵੀ ਸਰਮਾਏਦਾਰ ਘਰਾਣੇ ਨੇ ਉੱਪਰ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਉਹਦੇ ਨਾਲ ਅਮਿਤ ਸ਼ਾਹ ਉਹਦੇ ਨਾਲ ਹਿੰਦੁਸਤਾਨ ਦਾ ਜਿਹੜਾ ਖਜ਼ਾਨਾ ਮੰਤਰੀ ਹੈ ਜੇਤਲੀ ਇਹ ਸਾਰੇ ਰਲ ਕੇ ਇਹ ਕੋਸ਼ਿਸ਼ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਇੱਕ ਰਵਾਇਤੀ ਪਾਰਟੀਆਂ ਦਾ ਵਿਕਲਪ ਹੈ ਜਿਹੜਾ ਹਿੰਦੁਸਤਾਨ ਵਿੱਚ ਉੱਭਰ ਕੇ ਸਾਹਮਣੇ ਆ ਰਿਹਾ ਇਸ ਨੂੰ ਖਤਮ ਕੀਤਾ ਜਾਵੇ ਇਸ ਲਈ ਖੈਰਾ ਦੀ ਪਾਰਟੀ ਨੂੰ ਜਾਂ ਖੈਰੇ ਨੂੰ ਹਰ ਪੱਖੋਂ ਜਿਹੜੀ ਸਹਾਇਤਾ ਦਿੱਤੀ ਜਾ ਰਹੀ ਹੈ ਹਰ ਪੱਖੋਂ ਉਹਨੂੰ ਪੈਸਾ ਦਿੱਤਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਤੋੜ ਦੇ ਇਹਨੂੰ ਖਤਮ ਕਰ ਦੇ ਤਾਂ ਜੋ ਦੇਸ਼ ਵਿੱਚ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਜਾਂ ਇੰਟਲੈਕਚੁਅਲ ਲੋਕ ਨੇ ਜਿਹੜੇ ਉਹਨਾਂ ਦਾ ਰਾਜ ਨਾ ਆ ਜਾਏ ਇਹ ਅਜਿਹੇ 'ਚ ਹੁਣ ਖੈਰਾ ਪ੍ਰੋਫੈਸਰ ਸਾਧੂ ਸਿੰਘ ਨੂੰ ਕਿਹੋ ਜਿਹਾ ਜਵਾਬ ਦੇਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸਵਾਲ ਇਹ ਹੈ ਕਿ ਪੋਲਾਂ ਪਾਰਟੀ ਛੱਡੇ ਜਾਣ ਤੋਂ ਬਾਅਦ ਜਾਂ ਪਾਰਟੀ 'ਚੋਂ ਕੱਢੇ ਜਾਣ ਤੋਂ ਬਾਅਦ ਹੀ ਕਿਉਂ ਖੁੱਲ੍ਹਦੀਆਂ ਨੇ ਭਾਵੇਂ ਖੈਰਾ ਵੱਲੋਂ ਆਪ 'ਤੇ ਲਾਏ ਜਾਂਦੇ ਇਲਜ਼ਾਮ ਹੋਣ ਜਾਂ ਫਿਰ ਆਪ ਵੱਲੋਂ ਖੈਰਾ ਦੀਆਂ ਗਿਣਵਾਈਆਂ ਜਾ ਰਹੀਆਂ ਕਮੀਆਂ ਇਹ ਸਭ ਪਾਰਟੀ ਛੱਡਣ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਸੀ ਜਾਂ ਫਿਰ ਬਾਅਦ ਵਿੱਚ ਪੈਦਾ ਹੋਈਆਂ ਨੇ ਮੁਕਤਸਰ ਤੋਂ ਸੋਨੀ ਢੱਲਾ ਪੰਜਾਬੀ ਲੋਕ ਚੈਨਲ